अमृतसर च दिल दहला देने वाली वारदात हुई। एक ब्यूटीशियन का गोलियां मार के कत्ल कर दिया गया। यही नहीं, मौके तो पिस्तौल भी बरामद हो गई है। दरअसल एक ब्यूटीशियन कल सैलून तो कम करने तो बाद किसी की फेशियल करन चली गई। उसने अपने परिवार को खबर दी कि वह फेशियल करके वापस आ जाएगी, पर पूरी रात वापस नहीं आई। तो अगले दिन तड़के उसकी लाश बरामद हो गई। इसका गोलियां मार के कत्ल किया गया है। तो पिस्तौल भी मौके तो बरामद हो गई। फिलहाल कतल की वारदात को अंजाम किसने दिता है, इसका सुराग नहीं लगा है। तुम आप ही देख लो कि यह पूरा मामला। दैनिक भेल पंजाबी टीवी ले अमृतसर से जिसका रहने की रिपोर्ट। ਕੀ ਹੈ ਜਿਹੜੀ ਡੈਡ ਬੋਡੀ ਮਿਲੀ ਹੈ? ਇਹਦਾ ਲੜਕੀ ਇੱਕ ਅਮਰਜੀਤ ਕੌਰ ਆ, ਜਿਹੜੀ ਗੰਡਾ ਸਿੰਘ ਕਲੋਨੀ ਦੀ ਰਹਿਣ ਵਾਲੀ ਆ। ਇਹ ਪੰਡੋਰੀ ਵੜਾਇਆਂ 'ਚ ਸਲੂਨ 'ਤੇ ਕੰਮ ਕਰਦੀ ਹੈ ਜੀ। ਸ਼ਾਮ ਨੂੰ ਇਹ ਆਪਣੇ ਘਰ ਦੱਸ ਕੇ ਗਈ ਸੀ ਕਿ ਮੈਂ ਕਿਸੇ ਦੀ ਫੇਸ਼ੀਅਲ ਕਰਨ ਜਾਣਾ ਵਾ ਜੀ। ਅੱਗੋਂ ਪਤਾ ਨਹੀਂ ਕਿੱਥੇ ਗਈ ਆ। ਸਾਨੂੰ ਸੁਬਹ ਪਤਾ ਲੱਗਾ ਕਿ ਇੱਕ ਨਾਮਲੂ ਔਰਤ ਦੀ ਲਾਸ਼ ਜਿਹੜੀ ਆ ਸੜਕ ਦੇ ਕੰਢੇ ਬੋਲੀ ਅੱਡੇ ਲੱਗੇ ਪਈ ਆ। ਜਿਸ ਨੂੰ ਜਾ ਕੇ ਦੇਖਿਆ ਅਤੇ ਉਹਦੇ ਗੋਲੀ ਲੱਗੀ ਸੀ ਇੱਥੇ ਹਿੱਕ ਦੇ ਵਿੱਚ, ਅਤੇ ਨਾਲ ਇੱਕ ਰਿਵਾਲਵਰ ਜਿਹੜਾ ਸੀ ਉਹ ਉੱਪਰ ਪਿਆ ਸੀ। ਜੇ ਤਾਂ ਮਾਮਲਾ ਦਰਜ ਕਰਕੇ ਅਤੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਲੈ ਕੇ ਆਏ ਹਾਂ। ਅਗਲੇ ਦੀ ਕਾਰਵਾਈ ਵਾਸਤੇ ਅਫਸਰ ਉੱਥੇ ਜਿਹੜੇ ਆ ਉਹ ਛਾਣਬੀਨ ਕਰ ਰਹੇ ਨੇ। ਸਰ ਕੀ ਕਤਲ ਹੋਇਆ ਜੀ? ਅਸੀਂ ਕਤਲ ਹੀ ਕਹਾਂਗੇ ਜੀ, ਹਾਲ ਦੀ ਘੜੀ 'ਤੇ ਕਤਲ ਹੀ ਕਹਾਂਗੇ ਉਹਨੂੰ ਜੀ। ਸਰ ਵਿਆਹੀ ਸੀ ਇਹ? ਵਿਆਹੀ ਸੀ, ਇੱਕ ਬੱਚਾ ਇਹਦਾ 5 ਸਾਲ ਦਾ। ਸਰ ਇਹਦੇ ਕੌਣ ਸੀਗੇ ਮੁੰਡੇ ਜਿਹਨਾਂ ਨਾਲ ਗਈ ਸੀ? ਸਰ ਇਹ ਤਾਂ ਇਨਵੈਸਟੀਗੇਸ਼ਨ ਅੱਗੋਂ ਅਫਸਰ ਚੱਲ ਕਰਨ ਡੇ ਨੇ। ਉੱਥੇ DSP ਸਾਹਿਬ, SHO ਸਾਹਿਬ, ਚੌਂਕੀ ਇੰਚਾ ਸਾਹਿਬ ਸਾਰੇ ਜਣੇ ਨਾਲੇ ਪੁੱਛਤਾਛ ਕਰ ਰਹੇ ਨੇ। ਠੀਕ ਆ, ਅੱਗੇ ਤੋਂ ਜਿਹੜਾ ਮੁਕੱਦਮਾ ਜਿਹੜਾ ਉਹ ਜਿਹੜਾ ਦਰਜ ਕਰਨ ਡੇ ਨੇ, ਪੋਸਟਮਾਰਟਮ ਕਰਾ ਕੇ ਅਗਲੀ ਕਾਰਵਾਈ ਜਿਹੜੀ ਆ ਉਹ ਅਮਲ ਵਿੱਚ ਲਿਆਉਂਦੇ ਨੇ। ਸਰ ਮੁੰਡੀ ਤਫਤੀਸ਼ 'ਚ ਕੀ ਗੱਲ ਸਮਝ ਆਈ? ਹਲਦੀ ਘੜੀ 'ਤੇ ਜਿਹੜਾ ਮਾਮਲਾ ਸ਼ੱਕੀ ਆ, ਗੋਲੀ ਲੱਗੀ ਆ, ਕਤਲ ਤਾਂ ਹੋਇਆ ਵਾ। ਠੀਕ ਹੈ ਨਾ, ਜਿਹੜਾ ਆਪਣੇ ਆਪ ਨੂੰ ਗੋਲੀ ਗੈਬ ਰਹੀ ਕਰੋ। ਕੱਲ੍ਹ 5 ਵਜੇ ਤੋਂ ਜਿਹੜੀ ਆ, ਕੱਲ੍ਹ ਸ਼ਾਮ 5 ਵਜੇ ਤੋਂ। ਅਤੇ ਸਰ ਕੋਈ ਕਾਰ, ਕੋਈ CCTV ਫੁਟੇਜ ਆਸ ਪਾਸ? ਉਹ ਅਫਸਰ ਚੈੱਕ ਕਰ ਰਹੇ ਜੀ। ਅੱਛਾ, ਮੈਂ ਲਾਸ਼ ਨੂੰ ਲੈ ਕੇ ਕਰਾਉਣੇ ਪੋਸਟਮਾਰਟਮ ਲੈ ਕੇ ਆ ਰਿਹਾ। ਲਾਸ਼ ਨੂੰ ਅਸੀਂ ਇੱਥੇ ਕੈਂਡੀਡੇਟ ਦਿਖਾਉਣ ਲੱਗੇ ਨੇ, ਬਾਕੀ ਕਾਗਜ਼ ਪੱਤਰ ਤਿਆਰ ਕਰਕੇ ਪਿੱਛੇ ਅਫਸਰ ਲੈ ਕੇ ਆ ਰਹੇ ਨੇ ਪੋਸਟਮਾਰਟਮ ਕਰਾ ਕੇ। ਨਾਲ ਹੀ ਅਗਲੇ ਦੀ ਕਾਰਵਾਈ ਵਾਸਤੇ SHO ਸਾਹਿਬ, DSP ਸਾਹਿਬ, ਚੌਂਕੀ ਸਾਹਿਬ, ਇਹਨਾਂ ਨੂੰ ਸਾਰਿਆਂ ਨੂੰ ਵੱਖਰੇ ਵੱਖਰੇ ਬਿਆਨ ਲਿਖ ਕੇ ਅਗਲੀ ਤਫਤੀਸ਼ ਜਿਹੜੀ ਆ ਉਹ ਅਮਲ ਵਿੱਚ ਲਿਆ। ਪਰਿਵਾਰ ਵਾਲਿਆਂ ਨੇ ਕੀ ਆਖਿਆ? ਪਰਿਵਾਰ ਵਾਲੇ ਤਾਂ ਉਹ ਸ਼ੱਕੀ ਹਾਲਤ ਵਿੱਚ ਹੀ ਉਹ ਗਈ ਆ, ਅਤੇ ਸ਼ੱਕੀ ਹਾਲਤ ਵਿੱਚ ਹੀ ਉਹਨੂੰ ਗੋਲੀ ਲੱਗੀ ਆ। ਠੀਕ ਹੈ ਨਾ, ਕਿਸੇ ਦਾ ਉਹਨਾਂ 'ਤੇ ਕੋਈ ਸ਼ੱਕ ਨਹੀਂ ਹੈਗਾ ਜੀ। ਸਰ ਇਹ ਲੜਕੀ ਸੋਪ 'ਤੇ ਜਾਂਦੀ ਸੀਗੀ, ਸਲੂਨ ਸੀਗਾ ਪਾਰਲਰ 'ਤੇ, ਅਤੇ ਉਹ ਤੋਂ ਬਾਅਦ ਮੁੜ ਕੇ ਨੇ ਸ਼ਾਮੀ 5 ਵਜੇ ਮੋਸਟਲੀ ਦੁਕਾਨਾਂ ਵਧਾ ਦਿੰਦੇ ਸੋਪਾਂ, 5 ਵਜੇ ਸੋਪ ਵਧਾ ਦਿੱਤੀ ਆ। ਉਹ ਤੋਂ ਬਾਅਦ ਮੁੜ ਕੇ ਘਰ ਇਹਨੇ ਫੋਨ ਕੀਤਾ ਕਿ ਮੈਂ ਥੋੜ੍ਹਾ ਲੇਟ ਆਉਣਾ ਵਾਂ। ਹਾਂਜੀ, ਉਹ ਤੋਂ ਬਾਅਦ ਮੁੜ ਕੇ ਫੋਨ ਆਇਆ ਹੀ ਨਹੀਂ, ਕੁੜੀ ਦਾ ਫੋਨ ਲਾਉਂਦੇ ਰਹੇ ਆ, ਡੀਕ ਵੇਟ ਕਰਦੇ ਰਹੇ, ਹੁਣ ਆਉਂਦੀ ਮੁੜ ਕੇ ਉਹ ਤੋਂ ਬਾਅਦ ਫੋਨ ਲੱਗਾ ਹੀ ਨਹੀਂ, ਬਿੱਲ ਜਾਂਦੀ ਪਈ ਆ, ਫੋਨ ਕਿਸੇ ਨੇ ਚੱਕਿਆ ਨਹੀਂ। ਹਾਂਜੀ, ਲੱਭਣਾ ਚਾਲੂ ਕੀਤਾ, ਮੁੜ ਕੇ ਲੜਕੀ ਕਦਿਓ ਨਹੀਂ ਲੱਭੀ। ਸੁਬਹਾ ਮੁੜ ਕੇ ਡੈੱਡ ਬੋਡੀ ਮਿਲੀ ਉਹਦੀ। ਡੈੱਡ ਬਲੀ ਰੋਂਦ ਮਾਰਿਆ ਅਤੇ ਪਲਿਸਟਲ ਸਾਥੀ ਦੇ ਕੋਲ ਰੱਖਿਆ ਸੀਗਾ। ਹਾਂਜੀ, ਸਰ ਸ਼ੱਕ ਤਾਂ ਕੋਈ ਨਹੀਂ ਸਾਨੂੰ ਕਿਸੇ 'ਤੇ। ਮੰਗ ਸਰ ਅਸੀਂ ਇਹ ਹੀ ਕਹਿੰਦੇ ਹਾਂ ਕਿ ਸਾਨੂੰ ਇਨਸਾਫ਼ ਮਿਲੇ। ਕਿੰਨੀ ਉਹਦੀ ਉਮਰ ਸੀ ਅਤੇ ਕਿੱਥੇ ਰਹਿੰਦੀ ਸੀ? ਸਰ ਮਜੀਠਾ ਰੋਡ ਰਿਸ਼ੀਵਿਹਾਰ ਦੇ ਕੋਲ ਰਹਿੰਦੇ ਸੀਗੇ। ਇੰਝ ਕੋਈ ਹੈਗੀ 25 ਸਾਲ ਦੀ, 5 ਸਾਲ ਦਾ ਬੇਟਾ ਉਹਦਾ। ਕੰਮ ਪੰਡੋਰੀ ਦੇ ਕੋਲ ਕਰਦੇ ਸੀ, ਸਲੂਨ ਸੀ ਉੱਥੇ ਲੱਗੇ ਸੀ। ਡੇਲੀ ਆਉਣ ਜਾਣ ਕਰਦੇ ਸੀਗੇ, ਕੋਈ ਨਵੇਂ ਨਹੀਂ ਲੱਗੇ, ਕਾਫੀ ਚਿਰ ਤੋਂ ਪੁਰਾਣੇ ਸੀਗੇ। ਹਾਂਜੀ, ਕੋਈ ਪੁਰਾਣੀ ਦੁਸ਼ਮਣੀ ਤੁਹਾਡੀ? ਨਹੀਂ ਸਰ, ਕੋਈ ਨਹੀਂ। ਹਾਂਜੀ, ਮੈਰਿਡ ਆ। ਮੰਗ ਸਰ ਇਨਸਾਫ਼ ਹੀ ਮੰਗਦੇ ਹਾਂ ਪੰਜਾਬ ਪੁਲਿਸ ਕੋਲੋਂ ਅਸੀਂ। ਹੁਣ ਤੁਸੀਂ ਜੋ ਵੀ ਆ ਪੰਜਾਬ ਪੁਲਿਸ ਕਰੇਗੀ। ਸਰ ਕਰਦੇ ਪਏ ਆ ਹਾਲੀ, ਆਪਣੀ ਜਾਂਚ ਜਡੇ ਕਰਨਾ, ਦੇਖੋ ਕੀ ਇਨਸਾਫ਼ ਦਿੰਦੇ ਆ। ਸਾਨੂੰ ਤਾਂ ਹੁਣ ਇਹਨਾਂ 'ਤੇ ਹੀ ਆ ਜੀ। ਹਾਂਜੀ।